ਅਸਲਾਮ ਵਾਲਕਮ ਭਾਜੀ ਭਾਜੀ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦਿਓ, ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰ ਦਿਓ, ਜ਼ਿਆਦਾ ਤੋਂ ਜ਼ਿਆਦਾ ਪਸੰਦ ਕਰ ਲਓ, ਇਹਨੂੰ ਜ਼ਿਆਦਾ ਤੋਂ ਜ਼ਿਆਦਾ ਕਰ ਲਓ ਖੁਸ਼ੇ ਨੂੰ ਜਲਦੀ ਜਲਦੀ। ਹਾਂ ਬਹੁਤ ਸ਼ੁਕਰੀਆ ਤੁਹਾਡਾ, ਹਾਂ ਵੇਖਦੇ ਰਹੋ ਮੇਰਾ ਚੈਨਲ ਅਤੇ ਸਬਸਕ੍ਰਾਈਬ ਕਰਦੇ ਰਹੋ, ਤੁਹਾਨੂੰ ਮੌਲਾ ਲੱਗੇ। ਅੰਮੀ ਜੀ ਮੈਂ ਵੀ ਤਾਂ ਤੁਹਾਨੂੰ ਹਜ਼ਾਰ ਵਾਰੀ ਕਿਹਾ ਕਿ ਉਹਦੇ ਨਾਲ ਉੱਚੀ ਨੀਵੀਂ ਗੱਲ ਨਾ ਕਰਿਆ ਕਰੋ। ਮੇਰਾ ਪੁੱਤਰ ਆ, ਜੇ ਉਹਨੂੰ ਮੈਂ ਸਮਝਾ ਲੈਂਦੀ ਹਾਂ ਤਾਂ ਇਹਦੇ 'ਚ ਮੈਂ ਕੀ ਉਹਨੂੰ ਗੋਲੀ ਮਾਰ ਲੈਂਦੀ ਹਾਂ ਜੀ। ਚਲੋ ਪਿਆਰ ਨਾਲ ਹੀ ਸਮਝਾ ਲਿਆ ਕਰੋ, ਤੁਹਾਡਾ ਪਹਿਲਾ ਅਤੇ ਆਖਰੀ ਲਫ਼ਜ਼ ਹਰਾਮ ਦਾ ਹੀ ਹੁੰਦਾ। ਨਿਕਲ ਵੇ ਬਾਹਰ, ਮੈਨੂੰ ਪਤਾ ਤੂੰ ਇੱਥੇ ਲੁਕਿਆ ਕਿਤੇ। ਲੱਕੀ ਭਈਆ ਬਾਹਰ ਆ ਜਾਓ। ਲੱਕੀ ਕਿਤੇ ਕੰਮ ਗਿਆ ਬਾਜੀ। ਮੈਂ ਕਹਿੰਦੀ ਇੱਧਰ ਦਫ਼ਾ ਹੋ। ਪਹਿਲੇ ਗਾਲਾਂ ਕੱਢਦੇ, ਬਾਅਦ 'ਚ ਮਗਰ ਲੈਣ ਆ ਜਾਂਦੇ, ਮੈਂ ਵੀ ਨਹੀਂ ਜਾਣਾ ਅੱਜ। ਅੰਮੀ ਚਲੋ ਰਹਿਣ ਦਿਓ, ਫਿਰ ਪਰੌਂਠੇ ਵਾਪਸ ਹੀ ਲੈ ਜਾਂਦੇ ਆ। ਆਹੋ ਤੇ ਦੱਸ ਐਵੇਂ ਇੰਨਾ ਬੜਾ ਕੀਮਾ ਵੀ ਪਾਇਆ ਵਿੱਚ। ਝੂਠ ਬੋਲਦੇ, ਮੈਨੂੰ ਪਤਾ ਵਾ। ਚਲੋ ਠੀਕ ਆ, ਨਾ ਮੰਨ ਅਸੀਂ ਫਿਰ ਚੱਲਦੇ ਆ। ਠੀਕ ਆ, ਨਹੀਂ ਤੇ ਫਿਰ ਅਸੀਂ ਘਰ ਜਾ ਕੇ ਕੁੱਤਿਆਂ ਨੂੰ ਪਾ ਦਿੰਨੇ ਆ। ਚਲੋ ਆ ਜਾਓ ਅੰਮੀ ਜੀ। ਨਿਕਲਿਆ ਨਿਕਲਿਆ ਪੁੱਤਰ ਬਾਹਰ, ਮੈਨੂੰ ਪਤਾ ਸੀ ਤੂੰ ਪਰੌਂਠਿਆਂ ਦੇ ਚੱਕਰ 'ਚ ਬਾਹਰ ਆਉਣਾ। ਮੈਂ ਪਰੌਂਠਿਆਂ ਦੀ ਲਾਲਚ ਨਹੀਂ ਆਇਆ, ਉਹ ਤਾਂ ਮੈਨੂੰ ਪਤਾ ਸੀ ਤੁਸੀਂ ਝੂਠ ਬੋਲਣ ਦੇ। ਨਾਲੇ ਹੁਣ ਤੁਹਾਨੂੰ ਕਿੱਥੋਂ ਮੇਰੀ ਯਾਦ ਆ ਗਈ, ਉਦੋਂ ਕਿੱਥੇ ਸੀ ਜਦੋਂ ਅੱਬੇ ਨੇ ਮੈਨੂੰ ਵੈਪਰਾਂ ਨਾਲ ਕੁੱਟਿਆ ਸੀ। ਜਾ ਚਲੀ ਜਾ ਮਾਂ, ਕਿਤੇ ਨਾ ਹੋਵੇ ਕਿ ਮੈਂ ਤੈਨੂੰ। ਹਾਲੇ ਤੱਕ ਤੇਰੇ ਦਿਮਾਗ 'ਚੋਂ ਐਕਟਿੰਗ ਨਹੀਂ ਨਿਕਲੀ ਵੇ ਬਦਬਖਤਾ। ਸਿੱਧੀ ਤਰ੍ਹਾਂ ਅੱਗੇ ਲੱਗ ਕੇ ਤੇ ਘਰ ਤੁਰ ਪੈ, ਤੇ ਸਵੇਰ ਤੋਂ ਚੁੱਪ ਕਰਕੇ ਪਿਓ ਦੇ ਨਾਲ ਦੁਕਾਨ ਤੇ ਚੱਲ ਜਾ। ਤੁਹਾਨੂੰ ਇਸ ਤੋਂ ਵੱਡਿਆਂ ਕੀਤਾ ਸੀ ਵੀ ਤੁਸੀਂ ਪਿਓ ਦਾ ਮਾਲ ਖਾਂਦੇ ਰਹੋ ਜਵਾਨੀ 'ਚ ਵੀ। 15 ਸਾਲ ਸੇ ਜੋ ਖੂਨ ਮੇਰੀ ਮਾਂ ਕੀ ਆਂਖੋਂ ਮੈਂ ਆਂਸੂ ਬਣ ਕੇ ਬਹਿਤਾ ਰਹਾ, ਆਜ ਤੁਮਨੇ ਉਸਕਾ ਮਾਨ ਤੋੜ ਦਿਆ ਮਾਂ। ਅਬ ਸੈਲਾਬ ਆਏਗਾ ਮਦਨ ਚੋਪੜਾ, ਸੈਲਾਬ। ਬਚਪਨ ਸੇ ਲੈ ਕੇ ਆਜ ਤੱਕ ਮੈਂ ਬਾਪ ਕੇ ਹੱਥੋਂ ਪਿੱਟਤਾ ਰਹਾ ਔਰ ਤੁਮ ਚੁੱਪ ਚਾਪ ਤਮਾਸ਼ਾ ਦੇਖਦੀ ਰਹੀ। ਹਾਈ ਬਿਸਮਿਲ੍ਲਾ ਸਰਕਾਰ, ਮੈਂ ਕਿਹਾ ਭਾਗ ਲੱਗੇ ਰਹਿਣ। ਸਾਤ ਸਮੁੰਦਰ ਪਾਰ ਤੂੰ ਮੇਰੇ ਪੀਛੇ ਪੀਛੇ ਆ ਗਈ। ਯਾਦ ਹੈ ਜਬ ਤੁਮਨੇ ਮੁਝ ਪੇ ਇਲਜ਼ਾਮ ਲਗਾਇਆ ਥਾ, ਅਬ ਮੁਝੇ ਕਿਸੀ ਬਾਤ ਕਾ ਵੀ ਕੋਈ ਗਮ ਨਹੀਂ ਹੈ। ਓਕੇ ਮਾਂ, ਗੁੱਡ ਨਾਈਟ। ਮਤਲਬੀ ਦੁਨੀਆ ਹੈ ਯੇ ਸਭ ਮਾਂ, ਭੂਲ ਜਾਓ ਕਿ ਤੁਮਹਾਰਾ ਕੋਈ ਬੇਟਾ ਥਾ। ਜਾਓ ਆਪਣੇ ਉਨ ਸਮਾਲ ਬੇਟੋ ਕੇ ਪਾਸ ਜਿਨਸੇ ਤੁਮ ਬਹੁਤ ਜ਼ਿਆਦਾ ਪਿਆਰ ਕਰਤੀ ਹੋ। ਦਿਲ ਜਲੇ, ਜਬ ਦਿਲ ਜਲੇ 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 ਦਿਲ ਜਲੇ, ਤੂੰ ਚਾਹਤੀ ਹੈ ਕਿ ਮੈਂ ਤੇਰੇ ਹਾਂ ਕੁੱਤਾ ਬਣ ਕੇ ਰਹੂੰ। ਤੂੰ ਕਹੇ ਤੋ ਭੌਂਕੂ, ਤੂੰ ਕਹੇ ਤੋ ਕਾਜੂ। ਬਾਬੂ ਜੀ ਨੇ ਕਿਹਾ ਗਾਓ ਛੋੜ ਦੋ, ਸਭ ਨੇ ਕਿਹਾ ਪਾਰੋ ਕੋ ਛੋੜ ਦੋ, ਪਾਰੋ ਨੇ ਕਿਹਾ ਸ਼ਰਾਬ ਛੋੜ ਦੋ, ਔਰ ਅੱਜ ਤੁਮਨੇ ਕਹਿ ਦਿਆ ਕਿ ਕੀ ਸੀ ਇਹ ਹਰਕਤਾਂ। ਛੋੜ ਦੋ ਤੇ ਚੁੱਪ ਕਰਕੇ ਅੱਗੇ ਲੱਗ ਕੇ ਮੇਰੇ ਨਾਲ ਤੁਰ ਪਾ, ਨਹੀਂ ਤੇ ਮੈਂ ਇੱਥੇ ਲੰਮਿਆਂ ਪਾ ਕੇ ਕੁੱਟਣ ਲੱਗ ਪੈਣਾ। ਨਾਲੇ ਮੇਰੇ ਤੋਂ ਵੱਡਾ ਐਕਟਰ ਨਹੀਂ ਹੈਗਾ ਤੂੰ, ਸੁਣੀ ਜ਼ਰਾ ਹੁਣ। ਫੇ ਮਰਨ ਜੋਗਿਆ ਘਰ ਆ ਜਾ, ਮਾਂ ਉਡੀਕ ਰਹੀ ਹੋ। ਜਬ ਦੋ ਬੜੇ ਬਾਤ ਕਰ ਰਹੇ ਹੋ ਤੋ ਬੀਚ ਮੇਂ ਬਾਤ ਨਹੀਂ ਕਰਤੇ, ਇਸੀ ਲਈ ਤੁਮੇ ਹਰ ਕਿਸੀ ਕੀ ਆਵਾਜ਼ ਸਪਨਾ ਕੀ ਹੀ ਆਵਾਜ਼ ਲਗਤੀ ਹੈ। ਸ਼ਾਮ ਪੈਂਡੇ ਚੁੱਪ ਕਰਕੇ ਘਰ ਚੱਲ, ਹਲੇ ਸ਼ੁਕਰ ਕਰਕੇ ਮੈਂ ਪੈਨ ਰੂਮੀ ਨੂੰ ਨਹੀਂ ਦੱਸਿਆ, ਨਹੀਂ ਤੇ ਉਹਨਾਂ ਤੈਨੂੰ ਜੁੱਤੀਆਂ ਮਾਰ ਕੇ ਘਰ ਲੈ ਜਾਣਾ ਸੀ। ਕਿਹੜਾ ਰੂਮੀ ਹੋ ਬੀਬੀ, ਸਵੇਰ ਸ਼ਾਮ ਪੱਥਰ ਖਾ ਖਾ ਕੇ ਲੱਕੀ ਆ ਪੱਥਰ ਹੋ ਗਿਆ। ਜਾ ਬੁਲਾ ਕੇ ਲਿਆ ਕਿਹੜਾ ਰੂਮੀ ਆ, ਦੇਖਾਂ ਉਹਨੂੰ ਮੈਂ। ਕੰਜਰਾ ਤੇਰਾ ਪਣਵਈਆ। ਜਾਓ, ਮੈਂ ਨਹੀਂ ਮੰਨਦਾ ਕਿਸੇ ਪਣਵਈਏ ਪਣਵਈਏ ਨੂੰ, ਮੈਂ ਆਪ ਬਹੁਤ ਵੱਡਾ ਪਣਵਈਆ ਵਾਂ। ਵੇ ਕੰਜਰਾ, ਤੇਰੀ ਭੈਣ ਦਾ ਖਸਮ ਆ, ਭੈਣ ਦੇ ਬੰਦੇ ਨੂੰ ਪਣਵਈਆ ਕਹਿੰਦੇ ਆ। ਜਾ ਫਿਰ, ਅੱਜ ਤੋਂ ਬਾਅਦ ਮੇਰੀ ਬਾਤ ਦਵਾਈ ਕਿ ਤੂੰ ਸਾਰੀ ਜ਼ਿੰਦਗੀ ਏਦਾਂ ਹੀ ਚਿੱਕੜ ਵਾਲਾ ਜਿਸਮ ਲੈ ਕੇ ਫਿਰਦਾ ਰਹੇਗਾ। ਨਹੀਂ ਨਹੀਂ ਮਾਂ, ਮੁਝੇ ਬਦਦੁਆਏ ਮਤ ਦੋ, ਚਲੇ ਜਾਓ ਯਹਾਂ ਸੇ, ਮੁਝੇ ਅਕੇਲਾ ਛੋੜ ਦੋ। ਕਿਉਂ, ਤੂੰ ਕੱਪੜੇ ਬਦਲ ਲੈ।